हर मिलने नो मन लोचदा कर्म मिलावण हा कर्म मिलावण हा हर मिलने नो मन लोचदा कर्म मिलावण हा कर्म मिलावण हा कर्म मिलावण हा कर्म मिलावण हा कर्म कर्म मिलावण हा हर मिलने नो मन लोचदा कर्म मिलावण हा कर्म मिलावण हा सावन सरसी कामणी चरण कमल सो प्यार सतनाम श्री वाहे गुरु साहिब जी राग सुही महला पंजवा करती जा एक ओंकार सतगुर प्रसाद मेतन मो आगन सुख सागर कर कृपा ओदर हर नागर मेतन मो आगन सुख सागर कर कृपा ओदर हर नागर चरण कमल शरणाए नारायण हर मिलने नो मन लोचदा कर्म मिला कर्म मिलावण हा हर मिलने नो मन लोचदा कर्म मिलावण हा कर्म मिलावण हा हर अमृत बूंद सुहावनी मिल साधु पीवण हर अमृत बूंद सुहावनी मिल साधु पीवण हा
ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਕਰਮ ਮਿਲਾਵਣ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਕਰਮ ਮਿਲਾਵਣ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਿ ਗੁਰ ਪ੍ਰਸਾਦ ਰਾਗ ਸੂਹੀ ਛੰਤ ਮਹਲਾ ਚੌਥਾ ਘਰ ਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਿਜ ਸੁਭਾਏ ਆਨੰਦਨ ਭੋਗ ਭੋਗ ਸੁਖ ਸੋਹੈ ਸਬਦ ਰਹਿ ਬਣਾਏ ਹਰ ਗੁਣ ਗਾਏ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਭਾਏ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਕਰਮ ਮਨ ਲੋਚਦਾ ਕਰਮ ਮਿਲਾਵਣ ਗੁਰਦੁਆਰਾ ਕਿਆਰਾ ਸਾਹਿਬ ਦੀ ਹਿਸਟਰੀ ਕਹਿ ਲਓ ਕਿ ਇਕੱਠੀ ਹੈ। ਜਦ ਮਹਾਰਾਜ ਮਾਲਜੀ ਸਾਹਿਬ ਦੀ ਹਿਸਟਰੀ ਦੱਸਣ ਲੱਗਾ ਕਿ ਜਦ ਮਹਾਰਾਜ ਸੁੱਤੇ ਹੋਏ ਸੀ ਦਰਖਤ ਦੇ ਹੇਠ ਆਰਾਮ ਕਰ ਰਹੇ ਸੀ ਅਤੇ ਮਹਾਰਾਜ ਦੇ ਜਦੋਂ ਸੂਰਜ ਦਾ ਜਿਹੜਾ ਪਰਛਾਵਾਂ ਹੈ ਉਹ ਇੱਧਰਲੇ ਪਾਸੇ ਸੂਰਜ ਆਇਆ ਅਤੇ ਮਹਾਰਾਜ ਦੇ ਚਿਹਰੇ ਤੋਂ ਧੁੱਪ ਜਿਹੜੀ ਉਹ ਦੂਸਰੀ ਸਾਈਡ 'ਤੇ ਚਲੇ ਗਈ ਅਤੇ ਨਾਲੋਂ ਇੱਕ ਖੁੱਟ ਦੇ ਵਿੱਚੋਂ ਸੱਪ ਨਿਕਲਿਆ ਅਤੇ ਉਹਨਾਂ ਨੇ ਮਹਾਰਾਜ ਦੇ ਜਿਹੜੇ ਸੀ ਉਹ ਚਿਹਰੇ 'ਤੇ ਛਾਂ ਕਰ ਦਿੱਤੀ। ਇੱਥੋਂ ਜਿਹੜੇ ਆਪਣੇ ਉਸ ਵਕਤ ਦੇ ਰਾਏ ਬੁਲਾਰ ਜੀ ਹਾਕਮ ਸਨ ਉਹ ਗੁਜ਼ਰ ਰਹੇ ਸਨ ਅਤੇ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਇਹ ਨਾਨਕ ਬਾਲਕ ਹੈ ਅਤੇ ਇਹਦੇ ਸਿਰ 'ਤੇ ਸੱਪ ਕਿਵੇਂ ਛਾਂ ਕਰ ਸਕਦਾ। ਅਤੇ ਫਿਰ ਉਹ ਪਹਿਲੀ ਜਿਹੜੇ ਸੀਗੇ ਰਾਏ ਬੁਲਾਰ ਜੀ ਨੇ ਪਹਿਲੀ ਦਫ਼ਾ ਜਦੋਂ ਮਹਾਰਾਜ ਨੂੰ ਪਛਾਣਿਆ ਸੀ ਮਹਾਰਾਜ ਦੀ ਇਸ ਵਡਿਆਈ ਕਰਕੇ ਜਿਹੜਾ ਜਾਣਿਆ ਸੀਗਾ ਇਸ ਕੋਤਕ ਕਰਕੇ ਜਾਣਿਆ ਸੀ। ਇਸੇ ਤਰ੍ਹਾਂ ਆਪਾਂ ਕਿਆਰਾ ਸਾਹਿਬ ਦੀ ਹਿਸਟਰੀ ਵੱਲ ਆ ਜਾਂਦੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਕਿਆਰਾ ਸਾਹਿਬ ਹੈ। ਕਿਆਰਾ ਜ਼ਮੀਨ ਦੀ ਛੋਟੀ ਟੁਕੜੀ ਨੂੰ ਕਿਹਾ ਜਾਂਦਾ ਜਿੱਦਾਂ ਅਸੀਂ ਛੋਟੇ ਘਰਾਂ ਦੇ ਵਿੱਚ ਕਿਆਰੀਆਂ ਬਣਾਉਂਦੇ ਹਾਂ ਨਾ ਇਸੇ ਤਰ੍ਹਾਂ ਕਿਆਰਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ। ਜਦ ਮਹਾਰਾਜ ਇੱਥੇ ਆਪਣੀ ਭਗਤੀ ਦੇ ਵਿੱਚ ਲੀਨ ਸਨ ਅਤੇ ਮਹਾਰਾਜ ਦੀਆਂ ਮੱਝਾਂ ਜਿਹੜੀਆਂ ਸੀਗੀਆਂ ਉਹ ਖੇਤ ਚਰ ਗਈਆਂ ਸੀਗੀਆਂ ਅਤੇ ਉਸ ਵੇਲੇ ਜਿਸ ਕਿਸਾਨ ਦੇ ਖੇਤ ਚਰੇ ਸੀਗੇ ਉਹ ਕਿਸਾਨ ਜਿਹੜਾ ਹੈ ਉਹ ਸ਼ਿਕਾਇਤ ਲੈ ਕੇ ਰਾਏ ਬੁਲਾਰ ਜੀ ਕੋਲ ਗਿਆ ਅਤੇ ਉਹਨਾਂ ਨੇ ਬੰਦੇ ਨਾਲ ਭੇਜੇ ਕਿ ਤੁਸੀਂ ਦੇਖ ਕੇ ਆਓ ਉਸ ਜਗ੍ਹਾ ਦੀ ਜਾਂਚ ਕਰਕੇ ਆਓ ਕਿ ਵਾਕਈ ਦੀ ਮੱਝਾਂ ਨੂੰ ਉਹ ਚੀਜ਼ ਚਰੀ ਹੈ ਕਿ ਨਹੀਂ। ਜਦੋਂ ਇੱਥੇ ਆ ਕੇ ਦੇਖਿਆ ਕਿ ਜਿਹੜੀ ਕਿਆਰੀ ਦੀ ਨਿਸ਼ਾਨਦੇਹੀ ਕੀਤੀ ਸੀਗੀ ਕਿ ਇੱਥੋਂ ਮੱਝਾਂ ਚਰੀਆਂ ਨੇ ਨਾ ਉਹ ਫਸਲ ਉਸੇ ਤਰ੍ਹਾਂ ਹੀ ਸੀਗੀ ਉੱਥੇ ਕਿਸੇ ਕੋਈ ਮੱਝ ਨਹੀਂ ਸੀ ਚਰੀ ਬਲਕਿ ਉਹ ਜਿਹੜੀ ਫਸਲ ਸੀ ਉਹ ਦੂਸਰੀਆਂ ਜਿਹੜੇ ਕਿਆਰੇ ਸੀ ਉਹਨਾਂ ਨਾਲੋਂ ਵੱਡੀ ਹਰੀ ਭਰੀ ਸੀ। ਸੋ ਇਹ ਉਹ ਮਹਾਰਾਜ ਦੀ ਉਹ ਵਡਿਆਈ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਫਰਮਾਨ ਕਰਦੇ ਹਨ ਕਿ ਗਿਆਨ ਧਿਆਨ ਵਿੱਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਦੇਵ ਘਰ ਰੱਖ ਕੇ ਆਪਣਾ ਇਸ਼ਤਿਹਾਰ ਦੱਸਦੀਆਂ ਹੋਈਆਂ ਹੋਈਆਂ ਫੁੱਲਾਂ ਚੁੱਕਾਂ ਦੀ ਚਿੰਮਾ ਹਰ ਮਿਲਣੈ ਨੂੰ ਮਨ ਲੋਚਦਾ
ਕਰਮ ਮਿਲਾਵਣ ਹਾਰ ਕਰਮ ਮਿਲਾਵਣ ਮੇਰੀ ਸਤਸੰਗ ਜੀ ਗੁਰੂ ਨਾਨਕ ਜੀ ਮਹਾਰਾਜ ਜੀ ਦਾ ਜਨਮ ਸੰਨ 1469 ਦੇ ਵਿੱਚ ਰਾਏਪੁਰ ਦੀ ਤਲਵੰਡੀ ਮੌਜੂਦਾ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ ਹੋਇਆ ਜਿੱਥੇ ਆਪ ਜੀ ਪਹਿਲਾਂ ਗਏ ਸੀ। ਗੁਰੂ ਨਾਨਕ ਜੀ ਮਹਾਰਾਜ ਜੀ ਦੀ ਸਾਖੀਆਂ ਜਿਸ ਤਰ੍ਹਾਂ ਜਨਮ ਤੋਂ ਬਾਅਦ ਸ਼ੁਰੂ ਹੋਈਆਂ, ਗੁਰਦੁਆਰਾ ਬਾਲੀਲਾ ਬੱਚਿਆਂ ਨਾਲ ਖੇਡਣ ਵਾਸਤੇ ਜਾਣਾ, ਫਿਰ ਬਾਅਦ ਦੇ ਵਿੱਚ ਗੁਰਦੁਆਰਾ ਪੱਟੀ ਸਾਹਿਬ 'ਚ ਸਕੂਲ 'ਚ ਦਾਖਲ ਹੋਣਾ ਔਰ ਸਕੂਲ ਦੇ ਵਿੱਚ ਉਹਨੂੰ ਪੜ੍ਹਿਆ ਲਿਖਿਆ ਕਰਾਰ ਦੇਣਾ। ਇਸ ਕਰਕੇ ਪੜ੍ਹਿਆ ਲਿਖਿਆ ਕਰਾਰ ਦਿੰਦਾ ਕਿ ਜੋ ਰਾਗ ਆਸਰ ਵਿੱਚ ਪੱਟੀ ਨਾਮੀ ਬਾਣੀ ਹੈ, ਆਪ ਜੀ ਨੇ ਸ਼ਾਇਦ ਪੜ੍ਹੀ ਹੋਵੇ। ਉਹ ਕਹਿੰਦੇ ਊੜਾ ਉਪਮਾ ਤਾਕੀ ਕੀਜੈ ਜਾ ਕਾ ਅੰਤ ਨਾ ਪਾਇਆ। ਊੜੇ ਨਾਲ ਊਂਟ ਨਹੀਂ ਲਿਖਿਆ, ਐਡੇ ਨਾਲ ਐਨਕ ਨਹੀਂ ਲਿਖੀ, ਪਰਮਾਤਮਾ ਦੀ ਸਿਫਤ ਸਲਾਹ ਕੀਤੀ। ਔਰ ਇਸੇ ਤਰ੍ਹਾਂ ਫਿਰ ਜਦੋਂ ਪੜ੍ਹਿਆ ਲਿਖਿਆ ਕਰਾਰ ਦੇ ਦਿੱਤਾ ਗਿਆ ਅਤੇ ਉਹਨਾਂ ਨੇ ਕਿਹਾ ਸੀ ਕਿ ਪਿਤਾ ਜੀ ਨੇ ਕਿਹਾ ਕਿ ਤੁਸੀਂ ਆਪਣੇ ਘਰ ਦੀਆਂ ਜਿਹੜੀਆਂ ਗਾਈਆਂ ਮੱਝਾਂ ਤੁਸੀਂ ਉਹ ਚਰਾਓ। ਫਿਰ ਗਾਈਆਂ ਮੱਝਾਂ ਜਦੋਂ ਚਰਾਉਣ ਵਾਸਤੇ ਇਸ ਇਲਾਕੇ 'ਚ ਆਏ, ਆਪ ਜੀ ਇਸ ਦਰਖਤ ਹੇਠ ਲੇਟ ਗਏ, ਬੈਠ ਕੇ ਸਿਮਰਨ ਸ਼ੁਰੂ ਕੀਤਾ ਔਰ ਆਪ ਜੀ ਦੀ ਅੱਖ ਲੱਗ ਗਈ। ਸ਼ੁਰੂ ਦੇ ਸਮੇਂ ਜਦੋਂ ਚਿਹਰੇ 'ਤੇ ਆਇਆ ਤਾਂ ਸਭ ਨੇ ਅੱਗੇ ਉੱਪਰ ਛਾਂ ਕੀਤੀ। ਇਸ ਗੁਰਦੁਆਰਾ ਦਾ ਨਾਮ ਹੈ ਗੁਰਦੁਆਰਾ ਮਾਲ ਜੀ ਸਾਹਿਬ। ਗੁਰਦੁਆਰਾ ਗਿਆਰਾਂ ਸਾਹਿਬ ਅੱਗੇ ਆ, ਜਿਹੜੇ ਘਰ ਦੀਆਂ ਗਾਈਆਂ ਮੱਝਾਂ ਨੇ ਉਸ ਖੇਤ ਨੂੰ ਉਜਾੜਿਆ ਹੋਇਆ ਸੀ ਅਤੇ ਉਸਦਾ ਜਿਹੜਾ ਕਿਸਾਨ ਸੀ ਉਹ ਮਹਿਤਾ ਕਲਿਆਣ ਦਾਸ ਪਾਸ ਚਲੇ ਗਏ ਕਿ ਮੇਰਾ ਜਿਹੜਾ ਨੁਕਸਾਨ ਹੋਇਆ ਮੇਰਾ ਨੁਕਸਾਨ ਮੈਨੂੰ ਦਿਓ। ਅਤੇ ਜਦੋਂ ਉੱਥੇ ਗਏ ਤਾਂ ਉਹਨਾਂ ਨੇ ਪੰਜ ਜਿਹੜੇ ਪੰਚਾਇਤ ਨੂੰ ਕਿਹਾ ਕਿ ਜਾ ਕੇ ਪਤਾ ਕਰੋ ਕਿੰਨਾ ਨੁਕਸਾਨ ਹੋਇਆ। ਜਦੋਂ ਪੰਚਾਇਤ ਉੱਥੇ ਗਏ ਉਹ ਖੇਤ ਦੂਸਰੇ ਖੇਤਾਂ ਨਾਲੋਂ ਦੁੱਗਣੀ ਤਿਗਣੀ ਸੀ। ਅਤੇ ਇਹ ਇਸ ਅਸਥਾਨ ਦੀ ਸਾਰੀ ਹਿਸਟਰੀ ਹੈ। ਔਰ ਇਸ ਵੇਲੇ ਜਦੋਂ 1947 ਦੇ ਵਿੱਚ ਪਾਕਿਸਤਾਨ ਦੇ ਵਿੱਚ ਬਣਨ ਤੋਂ ਬਾਅਦ, ਹਿੰਦੁਸਤਾਨ ਬਣਨ ਤੋਂ ਬਾਅਦ ਸਿੰਘਾਂ ਪਾਸੋਂ ਗੁਰਦੁਆਰੇ ਵਿਛੜ ਗਏ ਅਤੇ ਇਹ ਗੁਰਦੁਆਰਿਆਂ ਦੇ ਜਿਹੜੇ ਸਨ ਹਾਲਾਤ ਕਾਫੀ ਖਰਾਬ ਹੋ ਗਏ ਸਨ। ਫਿਰ ਇਸ ਵੇਲੇ 5.5 ਸਾਲਾਂ ਵਾਸਤੇ ਅਸੀਂ ਰੈਨੋਵੇਸ਼ਨ ਵੀ ਸ਼ੁਰੂ ਕੀਤੀ ਹੋਈ ਹੈ। ਸੋ ਅਗਰ ਆਪ ਜੀ ਨੇ ਇਹਦੇ ਵਿੱਚ ਕੋਈ ਹਿੱਸਾ ਪਾਉਣਾ ਹੋਏ ਤਾਂ ਇਹਦੇ 'ਚ ਹਿੱਸਾ ਵੀ ਪਾ ਸਕਦੇ ਹੋ ਔਰ ਵੱਧ ਤੋਂ ਵੱਧ ਪਾਕਿਸਤਾਨ 'ਚ ਆਉਣ ਦੀ ਕੋਸ਼ਿਸ਼ ਕਰੋ। ਕਿਉਂਕਿ ਭਾਈ ਸਾਹਿਬ ਜੀ ਨੂੰ ਪਤਾ ਹੈਗਾ ਕਿ 20 ਸਾਲਾਂ ਤੋਂ ਜੇ ਅਗਰ ਆ ਰਹੇ ਨੇ ਨਾ ਤਾਂ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਕਰਤਾਰਪੁਰ ਸਾਹਿਬ ਕਿਸ ਤਰ੍ਹਾਂ ਦੇ ਹਾਲਤ 'ਚ ਸੀ, ਰੋੜੀ ਸਾਹਿਬ ਕਿਸ ਹਾਲਤ 'ਚ ਸੀ, ਸੱਚਾ ਸੌਦਾ ਕਿਸ ਹਾਲਤ 'ਚ ਸੀ ਔਰ ਮੌਜੂਦਾ ਸਾਰੇ ਗੁਰਦੁਆਰੇ ਕਿਸ ਹਾਲਾਤ 'ਚ ਸਨ। ਤੁਹਾਡੇ ਆਏ ਨਾਲ ਹੀ ਗੁਰਦੁਆਰਿਆਂ ਦੀ ਬਿਹਤਰੀ ਆਈ ਹੈ। ਤੁਹਾਡੇ ਚਰਨ ਪਾਉਣ ਨਾਲ ਹੀ ਦੁਬਾਰੇ ਗੁਰਦੁਆਰੇ ਜਿਹੜੇ ਨੇ ਰੈਨੋਵੇਸ਼ਨ ਦੁਬਾਰਾ ਓਪਨ ਹੋਏ ਨੇ ਔਰ ਅੱਛੇ ਤੋਂ ਅੱਛਾ ਕੰਮ ਹੋ ਰਹੇ ਨੇ। ਗੌਰਮੈਂਟ ਆਫ ਪਾਕਿਸਤਾਨ ਤੁਹਾਡੇ ਵਾਸਤੇ ਬਹੁਤ ਅੱਛਾ ਕੰਮ ਕਰ ਰਹੀ ਹੈ ਕਿਉਂਕਿ ਜਦੋਂ ਤੁਸੀਂ ਆਓਗੇ, ਤੁਸੀਂ ਮੰਗੋਗੇ, ਤੁਹਾਡਾ ਮੰਗ 'ਤੇ ਸਭ ਕੁਝ ਮਿਲਦਾ ਜਾਏਗਾ। ਇਸ ਕਰਕੇ ਤੁਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਵੀ ਲਿਆਓ, ਖੁਦ ਵੀ ਆਓ। ਜਿੰਨਾ ਤੁਸੀਂ ਪਾਕਿਸਤਾਨ ਜਾਓਗੇ, ਪਾਕਿਸਤਾਨ ਦੇ ਵਿੱਚ 1947 ਤੋਂ ਪਹਿਲਾਂ ਜਾਂ 47 ਤੋਂ ਬਾਅਦ ਜਿੰਨੇ ਵੀ ਜੱਥੇ ਸਾਡੇ ਕੋਲ ਪਾਕਿਸਤਾਨ 'ਚ ਆਏ ਨੇ, ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਉਹਨਾਂ ਦਾ ਵਾਲ ਤੱਕ ਵਿੰਗਾ ਨਹੀਂ ਹੋਇਆ। ਐਂ ਵੀ ਜਿਹੜੇ ਨੇ ਸਾਡੇ ਪਾਕਿਸਤਾਨ ਦੇ ਖਿਲਾਫ ਪ੍ਰੋਪੇਗੰਡੇ ਲੋਕ ਕਰਦੇ ਨੇ ਔਰ ਉਹ ਇਹ ਚੀਜ਼ਾਂ ਕਰਦੇ ਨੇ ਕਿ ਪਾਕਿਸਤਾਨ ਦੀ ਬਦਨਾਮੀ ਕਰਦੇ ਨੇ ਔਰ ਪਾਕਿਸਤਾਨ ਦੇ ਵਿੱਚ ਸਿੰਘਾਂ ਦੀ ਬਹੁਤ ਹੀ ਮਾਣ ਕਦਰ ਹੈ। ਭਾਈ ਸਾਹਿਬ ਨੂੰ ਪੁੱਛੋ ਜਾਂ ਸਾਨੂੰ ਪੁੱਛੋ, ਮੈਂ ਜ਼ਾਤੀ ਤੌਰ 'ਤੇ ਤੁਹਾਨੂੰ ਕਹਿ ਸਕਦਾ ਕਿ ਮੇਰੇ ਮੋਟਰਸਾਈਕਲ ਦੀ ਕਾਪੀ ਮੈਂ ਕਦੀ ਜੇਬ 'ਚ ਨਹੀਂ ਰੱਖੀ, ਚਾਹੇ ਮੈਂ ਸ਼ਹਿਰ ਦੇ ਵਿੱਚ ਹਾਂ ਚਾਹੇ ਮੈਂ ਸ਼ਹਿਰ ਤੋਂ ਬਾਹਰ ਹਾਂ, ਬਲਕਿ ਮੇਰੇ ਕੀ ਕਿਸੇ ਸਿੱਖ ਦੀ ਵੀ ਜੇਬ 'ਚ ਨਹੀਂ ਹੁੰਦੀ। ਜਦੋਂ ਸਿੱਖ ਮੋਟਰਸਾਈਕਲ ਚਲਾ ਰਿਹਾ ਹੋਵੇ ਨਾ, ਸਿੱਖ ਮੋਟਰਸਾਈਕਲ ਚਲਾ ਰਹੇ ਹੋ, ਬੇਸ਼ੱਕ ਭਾਵੇਂ ਚੋਰੀ ਦੀ ਕਿਉਂ ਨਾ ਹੋਵੇ, ਉਹਨੇ ਕਿਸੇ ਨਹੀਂ ਰੋਕਣੀ ਕਿਹਾ ਮੋਟਰਸਾਈਕਲ ਕਿਸ ਦੀ ਹੈ। ਇਤਨਾ ਮਾਣ ਕਦਰ ਸਿੱਖ ਨੂੰ ਪਾਕਿਸਤਾਨ ਦੇ ਵਿੱਚ ਹਾਸਲ ਹੈ। ਔਰ ਜਦੋਂ ਤੁਸੀਂ ਪਾਕਿਸਤਾਨ 'ਚ ਆਓਗੇ ਔਰ ਪਾਕਿਸਤਾਨ 'ਚ ਤੁਸੀਂ ਆਪਣੇ ਆਪ ਦੇ ਤੁਸੀਂ ਗੁਰਦੁਆਰਿਆਂ ਦੇ ਤੁਸੀਂ ਸਭ ਕੁਝ ਮੰਗੋਗੇ। ਇਸ ਵੇਲੇ ਮੌਜੂਦਾ ਗੌਰਮੈਂਟ ਇਮਰਾਨ ਖਾਨ ਸਾਹਿਬ ਔਰ ਇਸ ਵੇਲੇ ਸਾਡੇ ADB ਬੋਰਡ ਦੇ ਜਿਹੜੇ ਸਾਡੇ ਮੈਂਬਰਾਨ ਸਾਹਿਬਾਨ ਨੇ, ਇਹ ਤੁਹਾਡਾ ਬਹੁਤ ਨਜ਼ਦੀਕੀ ਪਿਆਰ ਰੱਖਦੇ ਨੇ ਔਰ ਸਭ ਤੋਂ ਵੱਡਾ ਜਿਹੜਾ ਹੈ 5.5 ਸਾਲਾਂ ਜਿਹੜਾ ਸਾਡਾ ਆ ਰਿਹਾ ਹੈ ਉਹਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਔਰ ਆਪਣੇ ਬੱਚਿਆਂ ਨੂੰ ਭੇਜੋ ਤਾਂ ਕਿ ਤੁਹਾਡੇ ਗੁਰਦੁਆਰੇ ਵੱਧ ਤੋਂ ਵੱਧ ਆਜ਼ਾਦ ਹੋ ਸਕਣ ਔਰ ਤੁਹਾਡੇ ਵੱਧ ਤੋਂ ਵੱਧ ਗੁਰਦੁਆਰੇ ਦੇ ਰੈਨੋਵੇਸ਼ਨ ਜਾਰੀ ਰੱਖ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸੰਗਤ ਜੀ, ਗਿਆਨੀ ਦਾ ਕਹਿਣ ਦਾ ਭਾਵ ਇਹ ਹੈ ਕਿ ਇਹ ਗੁਰਦੁਆਰੇ ਜਿਹੜੇ ਸੀ ਨਾ ਪਿੰਡੋਂ, ਇੱਥੇ ਇਹ ਗੁਰਦੁਆਰੇ ਪ੍ਰਕਾਸ਼ ਨਹੀਂ ਹੁੰਦਾ ਹੁੰਦਾ, ਬਾਹਲੇ ਗੁਰਦੁਆਰੇ ਪ੍ਰਕਾਸ਼ ਨਹੀਂ ਹੁੰਦਾ। ਤੋ ਇਹ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਹਮ ਰੁਲਤੇ
कोई बात ना पूछता गुरसत गुर संग किरे हम थपे गुरसत गुर संग किरे हम थपे ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਵੱਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਗੁਰ ਆਪਣੇ ਉੱਪਰ ਵੱਲ ਜਾਈਐ आठ पहर हर हर जस गाइए सिमर सो प्रभ अपना स्वामी सगल कटा का अंतर जामी रहो चरण कमल सिउ लागी प्रीत साची पूरन निर्मल रीत संत प्रसाद वसै मन मानी जन्म जन्म के किल बिक जाही कर कृपा प्रभ दीन दयाला नानक मांगे संत रवाला कर कृपा प्रभु दीन दयाला नानक मांगे संत रवाला वाहेगुरु जित मिले चुके सब शोक संतापे जित मिले चुके सब शोक संतापे सतगुर प्रसाद सह की सार सुहागन जाने ताज अभिमान सुख रलिया माने तन मन दे न अंतर राखे आवरा देख ना सुने पाखे सह की सार सुहागन जाने तज अभिमान सुख रलिया माने
तन मन दे न अंतर राखे अवरा देख न सुने अपाखे सोकत जाने पीर पराई जाके अंतर दर्द न पाई रहा दुखी दुहागन दोय पकहीनी जिने ना निरंतर भगत नकीनी पुरसलात का पंत तोहिला संग न साथी गवने केला दुखिया दर्दवंत दर आया बहुत प्यास जवाब न पाया कह रविदास शरण प्रभति जो जानो त्यो कर गदमी सुही जो दिन आवे सो दिन जाही करना कुछ रहन थिर नाही संग चलते है हम भी चलना दूर गवन सिर ऊपर मरना क्या तू सोया जागिया ना ते जीवन जग सच कर जाना रहा जिन ज्यो दिया सूरज कंबरावे सब कट पीतर हाट चलावे कर बंदगी छाट मैं मेरा हृदय नाम समार सवेरा जन्म सिरारो पंच नसवारा सांझ परी दे दे संध्यारा कह रविदास निदान दीवाने चेतस नाही दुनिया बन खाने सुही ऊचे मंदर साल रसुई Yeah.
टीचर बड़े हैरान हो गए कि छोटा जिहा बच्चा अपने अध्यापक से ही सवाल कर रहा है। सो गुरु नानक पातशाह ने कहा कि एक दे अर्थन रब एक है, परमात्मा एक है। सो गल प्रचलित हो गई कि गुरु नानक पातशाह ने पांडे जी ने पट्टी पढ़ा दी। सो ए वो पावन पवित्र स्थान है, सामने गुरुद्वारा बालिया साहब आप जी दर्शन किए होंगे। उस स्थान से गुरु नानक पातशाह बच्चियां नाल बाल उम्र विच खेलते रहे अते बच्चे नु इकट्ठा करके रबी नाम जपांदे रहे। इस स्थान से गुरु नानक पातशाह ने पढ़ाई की है, साड़ी भी इतनी पढ़ाई हुई है, अगे साड़े बच्चे भी इतनी पढ़ रहे हैं। इस स्थान की सिक्ख्या लै करके फिर अगे बाकी गुरु घर कीर्तन की सेवा करते हैं। इतने को अखर प्रवान करने भुला चुका निकिमा वाहिगुरु का खालसा वाहिगुरु Amen.
कर कृपा तेरे गुण गावा, 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 नानक ना जपत सुख पावा, नानक नाम जपत सुख पावा,
जपत सुख पावा कर के पा तेरे गुण गावा कर कृपा तेरे गुण गावा कर कृपा तेरे गुण गावा कर कृपा तेरे दाता अंतर जामी तू वड दाता अंतर जामी सब मेहरविया पूरन प्रभ स्वामी 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 कर कृपा तेरे गुण गावा कर कृपा तेरे गुण ਦਸਰੀ ਮਹੱਲਾ ਪੰਜਵਾ ਜਹਿ ਜਹਿ ਭੇਖੂ ਤਹਿ ਹਜੂਰ ਦੂਰ ਕਤਹੂ ਨਾ ਜਾਈ ਰੰਗ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜਹਿ ਜਹਿ ਭੇਖੂ ਤਹਿ ਹਜੂਰ ਦੂਰ ਕਤਹੂ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਤ ਉਤ ਨਹੀਂ ਵਿਛੜੇ ਸੋ ਸੰਗੀ ਗਨੀਏ ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਬਨੀਏ ਰਹਾਓ ਪ੍ਰਿਤ ਪਾਲੇ ਪਿਆਉ ਦੇ ਕੱਛ ਉਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਚਲ ਅਛੇਦ ਪਾਰ ਪ੍ਰਭ ਉੱਚਾ ਜਾਤਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦੇ ਦਿਆਲ ਪ੍ਰਭ ਜਿਤ ਤੁਮੇ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰਹਿਣ ਪਗ ਸਦਾ ਸਾਮਤ ਦੇ ਦਿਆਲ ਪ੍ਰਭ ਜਿਤ ਤੁਮੇ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰਹਿਣ ਪਗ ਸਦਾ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਤੇਰੀ ਸ਼ਰਨ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਪੂਰੇ ਮਨ ਨਿਰਮਲ ਹੋਏ ਸੰਤਾ ਪੂਰੇ ਮਨ ਨਿਰਮਲ ਹੋਏ ਸੰਤਾ ਮਨ ਨਿਰਮਲ ਹੋਏ ਸੰਤਾ ਪੂਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਕਰ ਕਿਰਪਾ ਤੇਰੇ ਗੁਣ ਗਾਵਾਂ ਕਰ
त्रात्रे महला पंजवां तुम दाते ठाकर प्रतपालक नायक कदम हमारे निमक निमक तुम्ही प्रतपालो हम बारक तुमरे तारे तुम दाते ठाकर प्रतपालक नायक कसम हमारे निमक निमक तुम्हें प्रतपालो हम बारक तुमरे तारे जेव एक कमन गुण कहिए बेसुमार बेअंत स्वामी तेरो अंत नाक नहीं लइए कोड अपराध हमारे खंड अनेक विदेश में जावो हम अज्ञान अलप मत तोरे तुम अपन बिरद रखवावो तुमरे दरन तुम्हारी आसा तुम्हें सजन सोहेले राखो राख नार दयाला नानक करके गोले तुम्हारे दरन तुम्हारी आसा तुम्हें सजन सोहेले राखो राख नार दयाला नानक करके गोले ਧਰਮ ਪ੍ਰਚਾਰ ਕਰਨ ਵਾਸਤੇ ਜਦ ਇਹਨਾਂ ਬਾਦ ਦੀ ਧਰਤੀ 'ਤੇ ਆਏ ਸੀ
ਇਸ ਸਥਾਨ ਤੇ ਉਹਨਾਂ ਨੇ ਰੇਤ ਅਤੇ ਰੋੜਿਆਂ ਦੀ ਕੜੀ ਵਿਛਾ ਕੇ ਇੱਥੇ ਬੈਠ ਕੇ ਤਪੱਸਿਆ ਕੀਤੀ। ਜਿੰਨੀ ਵੀ ਸਾਰੀ ਧਰਤੀ ਸੀ ਰੋੜਾਂ ਵਾਲੀ ਸੀ, ਇਸ ਲਈ ਇਸ ਪਾਵਨ ਪਵਿੱਤਰ ਸਥਾਨ ਦਾ ਨਾਂ ਗੁਰਦੁਆਰਾ ਰੋੜੀ ਸਾਹਿਬ ਪਿਆ। ਦੋ ਗੁਰਦੁਆਰਾ ਸਾਹਿਬ ਹੋਰ ਨੇ ਇਮਦਾਬਾਦ ਦੀ ਧਰਤੀ 'ਤੇ, ਇੱਕ ਭਾਈ ਲਾਲੋ ਦਾ ਗੁਰਦੁਆਰਾ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਦਰੇ ਦੀ ਰੋਟੀ ਦਾ ਪ੍ਰਸ਼ਾਦਾ ਛਕਿਆ ਸੀ ਅਤੇ ਮਲਕ ਭਾਗੋ ਦੇ ਪੂੜਿਆਂ 'ਚ ਲਹੂ ਅਤੇ ਭਾਈ ਲਾਲੂ ਦੀਆਂ ਰੋਟੀਆਂ 'ਚ ਦੁੱਧ ਕੱਢਿਆ ਸੀ। ਤੀਸਰਾ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਗੁਰਦੁਆਰਾ ਚੱਕੀ ਸਾਹਿਬ, ਜਿਹੜਾ ਪਹਿਲੇ ਵਕਤਾਂ 'ਚ ਬਾਬਰ ਦਾ ਜੇਲ੍ਹ ਖਾਨਾ ਹੁੰਦਾ ਸੀ। ਬਾਬਰ ਨੇ ਜਦੋਂ ਇਮਦਾਬਾਦ ਦੀ ਧਰਤੀ 'ਤੇ ਹਮਲਾ ਕੀਤਾ, ਇੱਥੇ ਦੇ ਸਾਰੇ ਲੋਕਾਂ ਨੂੰ ਆਪਣੀ ਕੈਦ 'ਚ ਕਰ ਲਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੀ ਕੈਦ ਕਰ ਦਿੱਤਾ ਗਿਆ, ਉਹਨਾਂ ਦੇ ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਵੀ ਨਾਲ ਸਨ। ਬਾਬਰ ਪਾਤਸ਼ਾਹ ਨੂੰ ਨਹੀਂ ਪਤਾ ਸੀ ਕਿ ਕੌਣ ਨੇ, ਉਹਨਾਂ ਨੂੰ ਵੀ ਇੱਕ ਆਮ ਬੰਦਾ ਸਮਝ ਕੇ ਆਪਣੀ ਕੈਦ 'ਚ ਪਾ ਦਿੱਤਾ। ਬਾਬਰ ਨੇ ਜਿਹੜੇ ਕੈਦੀਆਂ ਨੂੰ ਆਪਣੀ ਕੈਦ 'ਚ ਕਰ ਲੈਣਾ, ਉਹਨਾਂ ਕੋਲ ਚੱਕੀਆਂ ਚਲਾਣੀਆਂ ਇਹ ਕੰਮ ਕਰਵਾਉਣੇ ਸਨ, ਚੱਕੀਆਂ ਚਲਾਣੀਆਂ ਅਤੇ ਦਾਣੇ ਪਸਾਉਣੇ। ਜਦੋਂ ਬਾਬਰ ਨੇ ਹੁਕਮ ਦਿੱਤਾ ਜੇਲ੍ਹ ਖਾਨੇ ਦੇ ਵਿੱਚ ਕਿ ਜਿੰਨੇ ਵੀ ਸਾਰੇ ਕੈਦੀ ਨੇ ਚੱਕੀਆਂ ਚਲਾਉਣਗੇ, ਦਾਣੇ ਪੀਸਣਗੇ, ਉੱਥੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਰ ਬਾਣੀ ਉਚਾਰੀ, ਜਿਹਨਾਂ 'ਚ ਇੱਕ ਸ਼ਬਦ ਇਹ ਵੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈ ਸੜਾ ਕਰੀ ਗਿਆਨ ਮਿਲਾ ਲਓ, ਪਾਪ ਕੀ ਜੰਝ ਲੈ ਕਾਬ ਬਤਾਏ, ਜੋਰੀ ਮੰਗੇ ਦਾਨ ਮਿਲਾ ਲਓ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੇਲ੍ਹ ਖਾਨੇ ਦੇ ਵਿੱਚ ਸ਼ਬਦ ਉਚਾਰਿਆ, ਜੇਲ੍ਹ ਖਾਨੇ ਦੀਆਂ ਸਾਰੀਆਂ ਚੱਕੀਆਂ ਆਪੋ ਆਪ ਚੜ੍ਹਨ ਲੱਗ ਗਈਆਂ। ਜਦ ਬਾਬਰ ਨੇ ਨਜ਼ਾਰਾ ਵੇਖਿਆ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਦਮਾਂ ਡਿੱਗ ਕੇ ਮਾਫ਼ੀ ਮੰਗੀ ਔਰ ਸਾਰੇ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ। ਅਤੇ ਪਵਿੱਤਰ ਸਥਾਨ ਨੇ ਗੁਰਦੁਆਰਾ ਰੋੜੀ ਸਾਹਿਬ, ਭਾਈ ਲਾਲੋ ਦਾ ਗੁਰਦੁਆਰਾ, ਗੁਰਦੁਆਰਾ ਚੱਕੀ ਸਾਹਿਬ, ਉਹਨਾਂ ਦੋ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ, ਲੇਕਿਨ ਖੜਾ ਸਾਹਿਬ ਬਣਿਆ ਹੋਇਆ ਅਤੇ ਸੰਗਤਾਂ ਦਰਸ਼ਨ ਵਾਸਤੇ ਜਾਂਦੀਆਂ ਨੇ। ਆਪ ਜੀ ਵੀ ਉੱਥੇ ਦਰਸ਼ਨ ਕਰਕੇ ਆਓ। ਔਰ ਸੰਗਤਾਂ 'ਚ ਇਹ ਬੇਨਤੀ ਹੈ, ਅਗਰ ਕਿਸੇ ਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਵਿਖੇ ਲੰਗਰ ਵਾਸਤੇ ਕੋਈ ਮਾਇਆ ਪੇਟਾ ਦੇਣੀ ਹੋਵੇ ਤਾਂ ਅਰਦਾਸ ਨੂੰ ਦੇ ਸਕਦੇ ਨੇ, ਕਿਉਂਕਿ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਲੰਗਰ ਚਾਹ ਵਗੈਰਾ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ ਰਹਿੰਦਾ ਇਸ ਸਥਾਨ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
चरण कमल सो सावन सरसी कामनी चरण कमल सो मन तन रहता सच रंग इको नाम अदा मन तन रहता सच रंग इको नाम अदा कर्म मिलावण हर मिलने नो मन लोचदा कर्म मिलावण कर्म मिलावण हर मिलने नो मन लोचदा कर्म मिलावण कर्म मिलावण बिखिया रंग कुड़ावया दिसन सब चा बिखिया रंग कुड़ावया दिसन सब चा हर अमृत बूंद सुहावनी मिल साधु पीवण हर अमृत बूंद सुहावनी मिल साधु पीवण कर्म मिलावण हर मिलने नो मन लोचदा कर्म मिलावण कर्म मिलावण साहिब जीओ नासरे महला पंजवा कर बारवा एक ओंकार सतगुर प्रसाद वंदना हर वंदना गुण गावो गोपाल राय भाग पेठे गुरदेवा कोट अपराध मिटा हर सेवा बंदना हर बंदना गुण गावो गोपाल राय राव वडे भाग पेठे गुरदेवा कमल जा का मन रापे सो
अगन तिद जन ना ब्यापे सागर तरिया साधु संगे निरपौ नाम जपो हर रंगे पर तन दोख किच पाप ना भेड़े गंजंदार नया नेड़े तृष्णा अगन प्रभ आप बुझाई नानक उदरे प्रभ सरनाई मन लोचदा कर्म मिलावण कर्म मिलावण सखिए प्रभ पाया हो दिन के साथ बले जिन सखिए प्रभ पाया हो दिन के साथ बले नानक हार जी माया कर शब्द सवारण नानक हार जी माया कर शब्द सवारण मन लोचदा कर्म मिलावण कर्म मिलावण हर मिलने नो मन लोचदा कर्म मिलावण कर्म सावन तिना सुहागनी जिन राम नाम उरहा सावन तिना सुहागनी जिन राम नाम कर्म मिलावण हर मिलने नो मन लोचदा कर्म मिलावण कर्म मिलावण
ਪਿਆਰ ਮਿਲਣੈ ਗੁਰਪੁਰਾ ਵਿੱਚ ਉਹ ਵਟ ਭਾਗੀ ਮਨੇ ਪਿਆ ਪਰਵਾਸ ਕੋਈ ਨ ਪੋਚਨ ਹਾਰਾ ਦੇ ਸਾਹਿਬ ਕਾ ਪਰਵਾਸ ਗੁਰਪੁਰਾ ਵਿੱਚ ਉਹ ਵਟ ਭਾਗੀ मने भया भरगासा कोई ना पोचन हारा दूजा अपने साहिब का भरवासा अपने सतगुरु कै बलहारे आगे सुख पाछे सुख सजा हर आनंद हमारे अंतर जामी करने हारा सोई खसम हमारा निर्भो भय गुरचरणी लागे एक राम नाम आधारा सफल दर्शन अकाल मूरत प्रभ है भी भुवन हारा कंठ लगाए अपने जन राखे अपनी प्रीत प्यारा वडी वडियाई अटल शोभा कारज आया रासे नानक को गुरपुरा भेट्यो सगले दुख विनाशे वडी वडे आई अदर्श सुभा कारज आया रासे नानक को गुरपुरा भेट्यो सगले दुख विनाशे ਪੂਰੇ ਪੰਜਾਬ 'ਤੇ ਜਿਹੜਾ ਨਾ ਰਾਜ ਕੀਤਾ ਸੀ ਜਿਹਨਾਂ ਨੂੰ ਸ਼ੇਰ ਪੰਜਾਬ ਕਿਹਾ ਜਾਂਦਾ ਸੀ ਉਂਝ ਤਾਂ ਜਿੱਦਾਂ ਸਿੱਖਾਂ ਸ੍ਰੀ ਗੁਰੂ ਮਹਾਰਾਜ ਨੂੰ ਹੁਕਮਾ ਨਾ ਹੀ ਮਰੀ ਨੂੰ ਮੰਨਣਾ ਨਾ ਹੀ ਕਬਰ ਨੂੰ ਮੰਨਣਾ ਅਤੇ ਸੰਗਤਾਂ ਦਾ ਜਿਹੜਾ ਹੁਕਮ ਸੀਗਾ ਸੰਗਤ ਕਹਿੰਦੇ ਕਿ ਸੰਗਤ ਕੀ ਸਾਇਆ ਅਤੇ ਸੰਗਤ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਹੈ ਨਾ ਸੰਗਤ ਕਹਿੰਦੀ ਕਿ ਉਹਨਾਂ ਦੀ ਯਾਦਗਿਰੀ ਵਾਸਤੇ ਕਿਉਂਕਿ ਮਹਾਰਾਜ ਰਣਜੀਤ ਸਿੰਘ ਜਿਹੜੇ ਸੀ ਨਾ ਸਿੱਖ ਰਾਜ ਵਿੱਚ ਪਹਿਲੇ ਉਹ ਸਿੱਖੀ ਰਾਜ ਜਿਨ੍ਹਾਂ ਨੇ ਪੂਰੇ ਪੰਜਾਬ ਵਿੱਚ ਸਿੱਖੀ ਰਾਜ ਲਾਇਆ ਅਤੇ ਉਹਨਾਂ ਦੇ ਵਾਸਤੇ ਸੰਗਤਾਂ ਨੇ ਇਹ ਡਿਸਾਈਡ ਕੀਤਾ ਸੀ ਕਿ ਇੱਥੇ ਉਹਨਾਂ ਦੇ ਵਾਸਤੇ ਇੱਕ ਯਾਦਗਿਰੀ ਵਾਸਤੇ ਬਣਾਈ ਜਾਏ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੈ ਇਹ ਥਾਂ ਜਿਹੜੀ ਜਿੱਥੇ ਗੁਰੂ ਮਹਾਰਾਜ ਅੱਜ ਬਿਰਾਜਮਾਨ ਨੇ ਇਹ ਥਾਂ ਉਹ ਮਹਾਰਾਜਾ ਰਣਜੀਤ ਸਿੰਘ ਇੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਅਤੇ ਥੱਲੇ ਜਿਹੜਾ ਨਾ ਗੁਰੂ ਅਰਜਨ ਦੇਵ ਮਹਾਰਾਜ ਥੱਲੇ ਰਾਵੀ ਨਦੀ ਵਗਦੀ ਸੀ ਜੀ ਅਤੇ ਜਿੱਥੇ ਸ਼ਹੀਦੀ ਅਸਥਾਨ ਬਣਿਆ ਹੋਇਆ ਅਤੇ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਮਤਲਬ ਜਿੱਥੇ ਅਲੋਪ ਹੋਏ ਸੀ ਇਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੰਨੇ ਜ਼ਿਆਦਾ ਤਸੀਹੇ ਦਿੱਤੇ ਗਏ ਸੀਗੇ ਤਸੀਹੇ ਦੇਣ ਤੋਂ ਬਾਅਦ ਉਹਨਾਂ ਨੂੰ ਰਾਵੀ ਨਦੀ 'ਤੇ ਜਿੱਦਾਂ ਇਸ਼ਨਾਨ ਕਰਾਇਆ ਗਿਆ ਅਤੇ ਉੱਥੇ ਅਲੋਪ ਹੋ ਗਏ ਜੀ ਥੱਲੇ ਰਾਵੀ ਨਦੀ ਵਗਦੀ ਸੀ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਉਹਨਾਂ ਦੀ ਯਾਦਗਿਰੀ ਵਾਸਤੇ ਉੱਥੇ ਬਣਿਆ ਸੀ ਉਸ ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਨੇ ਥੱਲੇ ਫਿਰ ਸ਼ਹੀਦੀ ਅਸਥਾਨ ਪ੍ਰੋਪਰ ਜਿਹੜਾ ਤਿਆਰ ਕੀਤਾ ਅੰਦਰ ਜਿਹੜਾ ਸ਼ਹੀਦੀ ਅਸਥਾਨ ਰੂਮ ਬਣਿਆ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਾਇਆ ਸੀ ਕਾਰ ਸੇਵਾ ਉਸ ਤੋਂ ਬਾਅਦ ਹੁੰਦੀਆਂ ਨੇ ਪਰ ਉਹਦੀ ਜਿਹੜੀ ਸ਼ੇਪ ਆ ਨਾ ਉਹ ਹੀ ਅੱਜ ਬਾਬਾ ਸੇਵਾ ਸਿੰਘ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਉਹ ਸੇਵਾ ਕਰਾ ਰਹੇ ਆ ਅਤੇ ਤਰਨ ਤਾਰਨ ਸਾਹਿਬ ਵਾਲੇ ਥੱਲੇ ਸੇਵਾ ਚੱਲਦੀ ਆ ਤੁਸੀਂ ਦੇਖੀ ਹੋਏਗੀ ਇਹ ਇੱਥੋਂ ਦਾ ਇਤਿਹਾਸ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
तेरी शरण सतगुर मेरे पूरे तेरी शरण सतगुर मेरे पूरे मन निर्मल होए संता पूरे वाहेगुरु साहिब जी कनातरी महला चौथा हम अंतले अंध बिगै बिखराते क्यों चल गुर चले सतगुर दया करे सुख दाता हम लावे अपन पाले हम अंधले अंध बिगै बिखराते क्यों चल गुर चले सतगुर दया करे सुख दाता चलो गुर चाले जो गुर कह तुई पल माना हर हर कथा निराले रहा हर के संत तनो जन पाई गुर सेवो बेग बिगाले सतगुर सेव कर चार बांधा मत जानो आज के काले हर के संत जपो हर जपना हर संत चल हर नाले जन हर जपया से हर होए हर मिलिया के लगलाले हर हर जपन जप लो जुल जाने कर कृपा कर बन वाले जन नानक संगत ना दियर मिल हम सात जना पगराले जपन जप लो चुल चाले हर कृपा कर बन वाले जन नानक संगत साध हर मिल हम सदा साध जना पगराले Bye.
ਸਹਾਇਤਾ ਕਰਕੇ ਤੋ ਗੁਰੂ ਰਾਮਦਾਸ ਦਾ ਵੱਡੇ ਪੁੱਤਰ ਸੀ ਗੁਰੂ ਅਰਜਨ ਦੇਵ ਸਨ ਛੋਟਾ ਪੁੱਤਰ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਗੁਰੂ ਰਾਮਦਾਸ ਨੇ ਆਪਣੇ ਵੱਡੇ ਪੁੱਤਰਾਂ ਨੂੰ ਆਗਿਆ ਕਿ ਤੁਹਾਡੇ ਤਾਏ ਦੇ ਮੁੰਡੇ ਕੁੜੀ ਦਾ ਵਿਆਹ ਤੁਸੀਂ ਜਾਓ ਤੋਂ ਵੱਡਾ ਮੁੰਡਾ ਕਹਿੰਦੇ ਮੈਂ ਉਹਨੇ ਆਪਣੇ ਤੁਹਾਨੂੰ ਜਵਾਬ ਸੱਚੇ ਪੈ ਕੇ ਨਹੀਂ ਕਰ ਸਕਿਆ ਗੁਰੂ ਸਿੰਘ ਗਿਆ ਕਹਿੰਦਾ ਮੇਰਾ ਦੇਹ ਨਹੀਂ ਗੁਰੂ ਅਰਜਨ ਦੇਵ ਨੂੰ ਕਿਹਾ ਉਹਨੇ ਸੱਤ ਪੱਕਾ ਛੇਤੀ ਛੇਤੀ ਆ ਕੇ ਬੜਾ ਛੋਟਾ ਲਾਹੌਰ ਆਇਆ ਗਿਆ ਤੋ ਇੱਥੇ ਲਾਹੌਰ ਆ ਕੇ ਫਿਰ ਦੋ ਸਾਲ ਇੱਥੇ ਰਿਹਾ ਮੁੜਿਆ ਨਹੀਂ ਸਨ ਤੇ ਉਹਨੇ ਪਿਓ ਨੇ ਦੱਸਿਆ ਨਹੀਂ ਵਾਪਸ ਉਹਨੇ ਕੱਲਿਆ ਆ ਤਾਂ ਦੱਸਿਆ ਨਹੀਂ ਸ਼ਬਦ ਹਜ਼ਾਰੇ ਜਿਹੜੇ ਪਾਸ ਬਾਣੀ ਆਉਂਦੀ ਹੈ ਆਪਣੇ ਉਹਨੇ ਚਾਰ ਬਾਣੀ ਕਹਿੰਦਾ ਪੈਰਾਗ੍ਰਾਫ ਦੀ ਬਾਣੀ ਪਹਿਲਾ ਪੈਰਾਗ੍ਰਾਫ ਕਹਿੰਦੇ ਜੋ ਚਿੱਠੀ ਪਾਈ ਉਹ ਚਿੱਠੀ ਉਹਦੇ ਭਰਾ ਨੇ ਰਕਾਲੀ ਜਗਜੀਤ ਭਾਈ ਰਕਾਲੀ ਚਿੱਠੀ ਚਿੱਠੀ ਉਹਦੇ ਪਿਓ ਨੂੰ ਮਿਲੀ ਉਹ ਕਹਿੰਦਾ ਮੈਂ ਤਿੰਨ ਚਿੱਠੀਆਂ ਪਾ ਚੁੱਕਿਆ ਤੂੰ ਭਾਈ ਬੁੱਢਾ ਸਾਹਿਬ ਬਾਬਾ ਭਾਈ ਗੁਰਦਾਸ ਹੋਰ ਚਾਰ ਤਿੰਨ ਸਿੰਘ ਨਾਮ ਪੰਜ ਸਿੰਘ ਆਏ ਅਤੇ ਬਾਬੇ ਸ੍ਰੀ ਗੁਰੂ ਅਰਜਨ ਦੇਵ ਨੂੰ ਨਾਲ ਲੈ ਕੇ ਆਪਾਂ ਉਹ ਜਦੋਂ ਗੱਦੀ ਦਿੱਤੀ ਆ ਗੁਰੂ ਅਰਜਨ ਦੇਵ ਦੇ ਵੱਡੇ ਭਰਾ ਲੱਗ ਗਏ ਗੁਰੂ ਰਾਮਦਾਸ ਜੀ ਦਾ ਸਿੰਘ ਮੇਰੇ ਆਖੇ ਨਹੀਂ ਸਿਰਫ ਆਖੇ ਵਾਲੇ ਰਿਹਾ ਨਹੀਂ ਅਤੇ ਸਾਡੇ ਜਾਗਰੂ ਨੇ ਇਸ ਕੰਮ ਅੱਗੇ ਸਾਨੂੰ ਸੌ ਗੱਲਾਂ ਸੁਣਾਉਂਦੇ ਆ ਅਸੀਂ ਫਿਰ ਉਹਨਾਂ ਵੱਲ ਦੇ ਉਹਨੇ ਦੋ ਗੱਲਾਂ ਹੈਗਾ ਨੀਚਾ ਗੱਦੀ ਵੱਡਿਆਂ ਨੂੰ ਨਹੀਂ ਦਿੱਤੀ ਛੋਟੇ ਨੂੰ ਇੰਨੀ ਮਾਨਤਾ ਵਾ ਜਿਹੜੇ ਮਾਰਚ ਦੇ ਆ ਕੇ ਨਹੀਂ ਨਾ ਲੱਗਦੇ ਉਹਨਾਂ ਨੂੰ ਮਤਲਬ ਹੀ ਪਤਾ ਲੱਗਦਾ ਕਿ ਪੱਕ ਨਹੀਂ ਲੱਗੀ ਤੋ ਇਹਨਾਂ ਫਿਰ ਗੁਰੂ ਅਰਜਨ ਦੇਵ ਦੇ ਘਰ ਪੁੱਤਰ ਨਹੀਂ ਹੋਇਆ ਪੁੱਤਰ ਨਹੀਂ ਆਇਆ ਤਾਂ ਉਹ ਦੂਜੇ ਵੱਡੇ ਭਰਾ ਕਹਿੰਦੇ ਚੱਲ ਰਹੇ ਇੰਨਾ ਜਦੋਂ ਮਨ ਹੋ ਕੇ ਅਸੀਂ ਬਣਨਾ ਸਾਨੂੰ ਕਾਫੀ ਮਿਲ ਜਾਣਾ ਪਰ ਫਿਰ ਮਾਤਾ ਨੇ ਪੁੱਤ ਮੰਗਿਆ ਗੁਰੂ ਅਰਜਨ ਜੀ ਘਰ ਦੇ ਪੁੱਤ ਚਾਹੀਦਾ ਬੁੱਢੇ ਵਾਲੇ ਫਿਰ ਬਾਬੇ ਨੇ ਗੁਰੂ ਰਾਮਦਾਸ ਅਰਜਨ ਦੇਵ ਨੇ ਕਿਹਾ ਚੱਲ ਤੂੰ ਬਾਬੇ ਬੁੱਢੇ ਜਗਵਾ ਗਈ ਘੋੜੇ ਗੱਡੀਆਂ ਅਤੇ ਬੜੇ ਧੂਮ ਧਾਮ ਨਾਲ ਗਈ ਬਾਬੇ ਬੁੱਢੇ ਨੇ ਵੇਖਿਆ ਨਹੀਂ ਮੋਰ ਅਰਜਨ ਦੇਵ ਬੋਲਦਾ ਕੁਝ ਮਿਲਿਆ ਕਹਿੰਦਾ ਹੀ ਕਹਿੰਦੀ ਕਿੱਦਾਂ ਗਈ ਕਿ ਬੜੇ ਟੋਰ ਨਾਲ ਗਈ ਘੋੜੇ ਗੱਡੀਆਂ ਦੇ ਦੁਨੀਆਂ ਨੂੰ ਲੈ ਕੇ ਸੋਹਣੇ ਕੱਪੜੇ ਪਾ ਕੇ ਘਰ ਜਾ ਕੇ ਰੋਟੀਆਂ ਪਕਾ ਨਹੀਂ ਜਮਾ ਗੇਤੀ ਖਾ ਲਿਆ ਪੈਦਲ ਨੰਗੀ ਪੈਰੀ ਤੁਰ ਕੇ ਜਾ ਨੰਗੀ ਪੈਰੀ ਫਿਰ ਮਾਤਾ ਨੰਗੀ ਪੈਰੀ ਗਈ ਜਾ ਕੇ ਮੰਗਿਆ ਉਹਨੇ ਉਦੋਂ ਹੀ ਕਿਹਾ ਤਾਂ ਸੰਗਤਾਂ ਨੂੰ ਵੀ ਬੜੀ ਭੁੱਖ ਲੱਗੀ ਆ ਅਜੇ ਮਾਤਾ ਉੱਠੀ ਨਹੀਂ ਦੇਖਿਆ ਕਹਿੰਦੇ ਲੰਗਰ ਤਿਆਰ ਕਰੀਏ ਕਹਿੰਦਾ ਵੀ ਕਿੱਧਰੋਂ ਆ ਰਿਹਾ ਮਾਤਾ ਕੇ ਗੰਢਾ ਖੜੇ ਹੋ ਗਏ ਇਹਨਾਂ ਨੇ ਗੰਢਾ ਗੁੰਢਾ ਕੇ ਭੰਨਿਆ ਇੱਕ ਪੁੱਤ ਤੇਰੇ ਘਰ ਜੰਮੂ ਦੁਸ਼ਮਣਾਂ ਦਾ ਸਿਰ ਤਾਂ ਮੈਂ ਗੱਡਾ ਬਣਿਆ ਤਾਂ ਭੰਨੂ ਫਿਰ ਉਹ ਗੁਰੂ ਹਰਗੋਬਿੰਦ ਸਾਹਿਬ ਪ੍ਰਤੀ ਗੁਰੂ ਘਰ ਗੁਰੂ ਹਰਗੋਬਿੰਦ ਸਾਹਿਬ ਇੰਨੇ ਇੱਕ ਗੁਰਦੁਆਰਾ ਉਹ ਜੰਗ ਉੱਥੇ ਆਉਂਦਾ ਉੱਥੇ ਪ੍ਰਕਾਸ਼ ਨਹੀਂ ਗਾ ਉਸ ਬਿਲਡਿੰਗ ਆ ਕਾਰਨ ਉੱਥੇ ਆਣ ਕੇ ਬਹਿੰਦਾ ਸਾਹਿਬ ਸਿੱਖਾਂ ਨੂੰ ਉੱਥੇ ਆਪਣੀ ਮੁੱਖਿਆਨ ਕਰਦਾ ਹੁੰਦਾ ਹੈ ਕਹਿ ਦਿੰਦਾ ਹੈ ਅਤੇ ਉੱਥੇ ਰਹਿੰਦਾ ਹੁੰਦਾ ਜਾ ਕੇ ਵੇਖ ਕੇ ਮੜੇ ਖਾਲੀ ਗਿਆ ਖੜਾ ਬਣਿਆ ਉੱਥੇ ਜਾ ਕੇ ਸਿੱਖਾਂ ਨੂੰ ਸਾਰੇ ਮਾਨਾ ਗੁਰਦਾ ਲਾਜ ਆ ਤੋ ਇਹ ਜਿਹੜੀ ਦਵਾਈ ਅਤੇ ਉਹਦਾ ਤਾਇਆ ਸਿਰਫ ਗਾਈ ਇੱਦਾਂ ਹੀ ਇਹ ਜਿਹੜਾ ਵੀ ਗੌਰਮੈਂਟ ਨੇ ਦਿੱਲੀ ਮਕਾਨ ਖੋਲ੍ਹਿਆ ਤਾਂ ਪਰ ਸਿੱਖਾਂ ਨੇ ਗੌਰਮੈਂਟ ਕੇਸ ਨੂੰ ਜਿਹੜੇ ਤੋਂ ਕੱਟਿਆ ਵਾ ਹੁਣ ਉਹ ਕੇਸ ਤਾਂ ਦੇਖਿਆ ਤੋ ਤਾਇਆ ਉਹਦਾ ਗਾਈ ਦਿੰਦਾ ਇਹ ਜਿਹੜੀ ਦਵਾਈ ਲਾਸ ਪਾਸ ਬੋਲਦੇ ਹਾਂ
ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹੱਲਾ ਪੰਜਵਾਂ ਸੁਆਮੀ ਸ਼ਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਦਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਦਾਰੇ ਰਾਓ ਖੋਜਤ ਪਰ ਮਾਤਾ ਕੌਲਾਂ ਦੀ ਸ਼ਾਦੀ ਕਰਵਾਉਣ 'ਤੇ ਰਾਜ਼ੀ ਨਹੀਂ ਹੈ ਸਰ
ਉਹ ਫਿਰ ਸਾਈ ਮਿਆਮੀ ਤੋਂ ਗਏ ਉਹਨਾਂ ਦੇ ਅੱਗੇ ਜਾ ਕੇ ਉਹਨਾਂ ਨੇ ਫਰਿਆਦ ਕੀਤੀ ਕਿ ਤੁਸੀਂ ਕੋਈ ਮੇਰੀ ਮਦਦ ਕਰੋ, ਮੇਰੇ ਬਾਪ ਮੇਰੀ ਸ਼ਾਦੀ ਕਰਨਾ ਚਾਹੁੰਦੇ ਪਰ ਮੈਂ ਸ਼ਾਦੀ ਕਰਵਾਉਣ ਦੀ ਲਾਜ਼ਮ ਨਹੀਂ ਹੈ। ਅਤੇ ਉਹਨਾਂ ਨੇ ਕਿਹਾ ਤੁਹਾਡੀ ਮਦਦ ਖੁਦ ਛੇ ਪਾਤਸ਼ਾਹ ਹੀ ਕਰਨਗੇ, ਤੁਸੀਂ ਉਹਨਾਂ ਨੂੰ ਸੱਚੇ ਦਿਲ ਨਾਲ ਸੱਚੇ ਮਨ ਨਾਲ ਉਹਨਾਂ ਨੂੰ ਯਾਦ ਕਰੋ। ਉਹਨੇ ਕਿਹਾ ਤੁਹਾਡੇ ਨਾਲ ਤਾਂ ਉਹਨਾਂ ਦਾ ਬੜਾ ਪਿਆਰ ਮੁਹੱਬਤ ਹੈ, ਤੁਸੀਂ ਉਹਨਾਂ ਤੱਕ ਕੋਈ ਸੰਦੇਸ਼ਾ ਪਹੁੰਚਾਓ। ਫਿਰ ਸਾਈ ਮੀਆਂ ਮੀਰ ਜੀ ਉਹਨਾਂ ਨੇ ਸੰਦੇਸ਼ਾ ਪਹੁੰਚਾਇਆ ਸੀ ਛੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ, ਉਸੇ ਵੀ ਕਸ਼ਮੀਰ 'ਚ ਹੈ ਸਮਾਂ ਛੇ ਪਾਤਸ਼ਾਹ। ਫਿਰ ਉਹਨਾਂ ਦੀ ਇਹ ਬੇਨਤੀ ਸੁਣ ਕੇ ਛੇ ਪਾਤਸ਼ਾਹ ਕਸ਼ਮੀਰ ਤੋਂ ਇੱਥੇ ਇਸ ਜਗ੍ਹਾ 'ਤੇ ਆਏ ਗੁਰਛਤ ਸਾਹਿਬ, ਇੱਥੇ ਉਹਨਾਂ ਨੇ ਬੁਲਾ ਲਿਆ ਛੇ ਪਾਤਸ਼ਾਹ ਨੇ। ਅਤੇ ਮਾਤਾ ਕੌਲਾਂ ਜੀ ਉਹਨਾਂ ਕੋਲ ਆਏ, ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਮੈਨੂੰ ਇੱਥੇ ਦੇ ਲੋਕ ਤੁਹਾਡੀ ਵਜ੍ਹਾ ਤੋਂ ਤੰਗ ਕਰਦੇ ਹੈ ਕਿ ਮੈਂ ਤੁਹਾਡੀ ਸੇਵਾਦਾਰ ਹੈ, ਤੁਹਾਡੀ ਦੇਵ ਕਰਨੀ ਹੈ, ਤੁਸੀਂ ਮੇਰੇ ਨਾਲ ਸ਼ਾਦੀ ਕਰ ਲਓ। ਪਰ ਛੇ ਪਾਤਸ਼ਾਹ ਨੇ ਕਿਹਾ ਨਹੀਂ, ਮੈਂ ਤੁਹਾਡੇ ਨਾਲ ਸ਼ਾਦੀ ਤਾਂ ਨਹੀਂ ਕਰ ਸਕਦਾ, ਵੈਸੇ ਤੁਹਾਨੂੰ ਤੁਹਾਡੀ ਸੇਵਾ ਦਾ ਫਲ ਮੈਂ ਦਿੰਦਾ ਕਿ ਤੁਸੀਂ ਸਾਡੀ ਸੇਵਾ ਕਰਦੇ ਹੋ, ਸੱਚੇ ਦਿਲ ਨਾਲ ਸਾਨੂੰ ਯਾਦ ਕਰਦੇ ਹੋ। ਅਤੇ ਤੁਹਾਨੂੰ ਵਚਨ ਦਿੱਤਾ ਉਹਨਾਂ ਨੂੰ ਛੇਵੇਂ ਪਾਤਸ਼ਾਹ ਨੇ ਕਿ ਤੁਹਾਨੂੰ ਸਾਡੀ ਆਉਣ ਵਾਲੀ ਸਾਰੀ ਸੰਗਤ ਜਿਹੜੀ ਹੈ ਹਮੇਸ਼ਾ ਇੱਕ ਮਾਤਾ ਦੇ ਰੂਪ ਨਾਲ ਦੇਖੇਗੀ ਸਾਰੀ ਜ਼ਿੰਦਗੀ। ਉਹਨਾਂ ਨੇ ਕਿਹਾ ਠੀਕ ਹੈ, ਅਗਰ ਸ਼ਾਦੀ ਨਹੀਂ ਕਰਨੀ ਤਾਂ ਫਿਰ ਤੁਸੀਂ ਸਾਨੂੰ ਆਪਣੇ ਨਾਲ ਲੈ ਕੇ ਜਾਓ। ਮਾਤਾ ਕੌਲਾਂ ਜੀ ਨੇ ਕਿਹਾ ਅਸੀਂ ਤੁਹਾਡੇ ਨਾਲ ਰਹਿ ਕੇ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ ਸਾਰੀ ਜ਼ਿੰਦਗੀ, ਅਸੀਂ ਇੱਥੇ ਨਹੀਂ ਰਹਿਣਾ। ਫਿਰ ਇੱਥੋਂ ਛੇਵੇਂ ਪਾਤਸ਼ਾਹ ਮਾਤਾ ਕੌਲਾਂ ਜੀ ਨੂੰ ਆਪਣੇ ਨਾਲ ਆਪਣੇ ਘੋੜੇ 'ਤੇ ਸਵਾਰ ਕਰਕੇ ਲਾਹੌਰ ਤੋਂ ਅੰਮ੍ਰਿਤਸਰ ਲੈ ਕੇ ਗਏ ਸੀ। ਫਿਰ ਉੱਥੇ ਹੀ ਰਹਿੰਦੇ, ਦੁਬਾਰਾ ਫਿਰ ਵਾਪਸ ਨਹੀਂ ਆਏ। ਫਿਰ ਉਹ ਉੱਥੇ ਹੀ ਸੇਵਾ ਸਾਰੀ ਜ਼ਿੰਦਗੀ ਉਹਨਾਂ ਨੂੰ ਗੁਜ਼ਾਰ ਦਿੱਤੀ ਹੈ ਮਾਤਾ ਜੀ ਨੇ। ਅਤੇ ਫਿਰ ਉੱਥੇ ਪੂਰੇ ਹੋ ਗਏ ਸੀ। ਫਿਰ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਕੌਲਸਰ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਣਾਇਆ ਗਿਆ। ਇਹ ਇੱਥੇ ਦੀ ਹਿਸਟਰੀ ਹੈ, ਮੈਂ ਇੱਥੇ ਸੇਵਾਦਾਰ ਹਾਂ, ਇਹ ਮੇਰੀ ਫੈਮਿਲੀ ਹੈ ਸਰ, ਅਸੀਂ ਇੱਥੇ ਸੇਵਾਦਾਰ। ਵਾਹਿਗੁਰੂ ਸਤਿ ਸੰਗ
ਜਨ ਕਿਰਪਾ ਤਾਰ ਮਧਸੂਦਨ ਮਿਲ ਸਤਸੰਗ ਉਮਾਰਾਮ ਹਰ ਗੁਣ ਬਾਣੀ ਸਰਵਨ ਤੁਨਾਹ ਕਰ ਕਿਰਪਾ ਸਤਿਗੁਰੂ ਮਿਲਾ ਗੁਣ ਗਾਵੈ ਗੁਣ ਬੋਲੈ ਬਾਣੀ ਹਰ ਗੁਣ ਜਪ ਉਮਾਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾ ਹਰ ਹਰ ਨਾਮ ਨ ਪੂਜੈ ਪੂਜਾ ਹਰ ਹਰ ਅਤੁਲ ਤੋਲ ਅਤ ਪਾਰੇ ਗੁਰਮਤ ਜਪ ਉਮਾਰਾਮ ਸਭ ਕਰਮ ਧਰਮ ਅਰ ਨਾਮ ਜਪਾ ਕਿਲ ਬਿਕ ਮੈਲ ਪਾਪ ਪਵਾਰ ਦੀਨ ਦਿਆਲ ਹੋ ਜਨ ਉਪਰ ਦਿਓ ਨਾਨਕ ਨਾਮ ਉਮਾਰਾਮ ਪਾਵਾਂ ਕਰ ਕਿਰਪਾ ਤੇਰੇ ਗੁਣ ਗਾਵਾਂ 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 ਜਿਸ ਜਿਸ ਸਥਾਨ 'ਤੇ ਅਸੀਂ ਖੜ੍ਹੇ ਹੈਗੇ ਇਹ ਸਥਾਨ ਹੈਗਾ ਸਮਾਧੀ ਮਹਾਰਾਜਾ ਰਣਜੀਤ ਸਿੰਘ ਦੀ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਉੱਤੇ 40 ਸਾਲ ਹਕੂਮਤ ਕੀਤੀ ਸੀ। ਸੋ ਰਣਜੀਤ ਸਿੰਘ ਦੀ ਡੈਥ ਹੋਈ ਸੀ 1839 ਵਿੱਚ ਨੇਚਰਲੀ। ਜਦੋਂ ਰਣਜੀਤ ਸਿੰਘ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਉਹ ਰਣਜੀਤ ਸਿੰਘ ਨੂੰ ਉੱਪਰ ਹਾਈਐਸਟ ਪਲੇਸ ਬਣਵਾਇਆ ਗਿਆ ਜਿਸ ਸਥਾਨ ਦੇ ਉੱਤੇ ਅਸੀਂ ਹੁਣ ਮੌਜੂਦਾ ਵਕਤ ਪ੍ਰਕਾਸ਼ ਵੀ ਕਰਦੇ ਪਾਠ ਵੀ ਕਰਨੇ ਹੈਗੇ। ਉੱਥੇ ਉਸ ਕ੍ਰਿਮੇਸ਼ਨ ਹੋਈ ਸੀ। ਇੰਟੇਕ ਟਾਈਮ ਵਿੱਚ ਉਹ ਇੱਕ ਰੂਲਸ ਆਉਂਦਾ ਸੀ ਕਿ ਅਗਰ ਹਸਬੈਂਡ ਦੀ ਡੈਥ ਹੋ ਜਾਣੀ ਸੀ ਤੁਸੀਂ ਜਿਹੜੀ ਵਾਈਫ ਹੁੰਦੀ ਸੀ ਨਾ ਉਹ ਉਹਦੇ ਨਾਲ ਸੱਚੀ ਹੋ ਜਾਂਦੇ ਸਨ। ਤਾਰੀਖੀ ਦੇ ਵਿੱਚ ਉਹ ਰਣਜੀਤ ਸਿੰਘ ਜਾਂ ਮੋਰ ਦੇਨ 8-9 ਵਾਈਫ ਲਿਖਿਆ।
ਸੋ ਐਕਸਟ੍ਰੀਮਿਸਟ ਹਿੰਦੂ ਰਿਲੀਜਨ ਜਿਹੜੀ ਬਿਲੋਂਗ ਕਰਦੀ ਸਰ ਉਹ ਚਾਰ ਵਾਈਫ ਸਰ ਇੰਡੀਆ ਸੋ ਉਹਦਾ ਉੱਪਰ ਸਥਿਤੀ ਹੋ ਗਈ ਹੈ ਸਰ ਰਣਜੀਤ ਸਿੰਘ ਡਾਈਡ So he was cremated here according to the antique time rules when the husband died so their wife they jump in the fire with him mari mardiyan hi so the Ranjit Singh was four wife they was from extremely hindu religion so they burned with Ranjit Singh you know that is called so four tradition wife. four wife yes, yes. Okay. and okay. other slave they also decided the do kabutar ne kabutar bhi do kabutar jehde ohde na bade prem karde hunde ohna bhi vich aan ke ਠੀਕ ਹੈ ਅਸੀਂ ਰਣਜੀਤ ਸਿੰਘ ਤੋਂ ਬਾਅਦ ਉਹਦਾ ਮੁੰਡਾ ਬਣਿਆ ਸੀ ਖੜਕ ਸਿੰਘ ਪੰਜਾਬ ਦਾ ਬਾਦਸ਼ਾਹ ਜਦੋਂ ਖੜਕ ਸਿੰਘ ਪੰਜਾਬ ਦਾ ਬਾਦਸ਼ਾਹ ਬਣਿਆ ਖੜਕ ਸਿੰਘ ਦਾ ਜਿਹੜਾ ਸੀ ਬ੍ਰਦਰ ਸਟੇਪ ਬ੍ਰਦਰ ਉਹ ਸੀ ਸ਼ੇਰ ਸਿੰਘ ਸ਼ੇਰ ਸਿੰਘ ਨੇ ਖੜਕ ਸਿੰਘ ਨੂੰ ਸ਼ਾਹੀ ਕੈਚ ਪਰਵਾਇਆ ਸੀ ਠੀਕ ਹੈ ਉਹ ਤੋਂ ਬਾਅਦ ਉਹਦੀ ਗ੍ਰੈਜੂਏਸ਼ਨ ਅਸੀਂ ਆਇਆ ਸੀ ਨੋਨਿਆਲ ਸਿੰਘ ਜਿਹੜਾ ਬਹੁਤ ਪ੍ਰਿਉ ਸੀ ਜਦੋਂ ਨੋਨਿਆਲ ਸਿੰਘ ਆਇਆ ਤਾਂ ਉਹਨਾਂ ਨੇ ਇਹ ਗੇਟ ਟ੍ਰਾਂਸ ਕਰਿਆ ਸੀ ਨੋਨਿਆਲ ਸਿੰਘ ਇਹ ਗੇਟ ਤਾਂ ਸੀ ਉੱਥੇ ਉਹਨੇ ਕਿਹਾ ਖੱਚੀ ਪੱਤਰ ਤੱਕ ਦਿੱਤੀ ਬੁੰਗਾ ਬੁੰਗਾ ਬਣਾਇਆ ਸੀ ਉਹ ਨਿਹਾਲ ਸਿੰਘ ਦੇ ਨਾਲ ਉਹਦੇ ਹੋਰ ਸੀ ਉਹਦਾ ਨਾਮ ਮੈਂ ਭੁੱਲ ਗਿਆ ਹੀਰਾ ਸਿੰਘ ਉਹ ਹੀਰਾ ਸਿੰਘ ਇੱਥੇ ਹੀ ਮਰ ਗਿਆ ਤੇ ਉਹਨੂੰ ਸੱਟ ਲੱਗ ਗਈ ਨਾਲ ਜਾਣ ਉਹ ਫਿਰ ਉਹਨੂੰ ਲੈ ਗਏ ਅੰਦਰ ਜਦੋਂ ਮਾਤਮ ਦੱਸਿਆ ਤੇਰਾ ਪੁੱਤ ਆਇਆ ਤਾਂ ਉਹਨੂੰ ਮਿਲ ਨਹੀਂ ਦਿੱਤਾ ਬੂਹਾ ਬੰਦ ਕਰ ਤਾ ਇੱਥੇ ਕ੍ਰੀਮੇਸ਼ਨ ਹੋ ਰਿਹਾ ਤੇ ਉਹ ਇੱਥੇ ਜਦੋਂ ਮਰ ਗਿਆ ਫਿਰ ਉਹਨੂੰ ਅੰਦਰ ਆ ਤਾ ਉਹ ਵੀ ਮਰ ਗਿਆ ਫਿਰ ਉਹਨੂੰ ਮਾਰਿਆ ਗਿਆ ਫਿਰ ਇੱਦਾਂ ਹੀ ਮਰ ਗਏ ਸਾਰੇ
कर कृपा तेरे गुण गावा, कर कृपा तेरे गुण गावा, कर कृपा तेरे गुण गावा, कर कृपा तेरे गुण गावा। नानक नाम जपत सुख पावा, नानक नाम जपत सुख पावा, जपत सुख पावा, कर कृपा तेरे गुण गावा, कर कृपा तेरे गुण गावा, कर कृपा तेरे गुण गावा, कर कृपा तेरे गुण गावा। तू वड दाता अंतर